ਪੰਜਾਬੀ ਜੱਟ ਕਲਾੜੀ ਪੱਟ ਮੁੱਛਾਂ ਨੂੰ ਵੱਟ ਓ ਪਈਆ ਰਾਣੀ ਜੀ ਨਾਲ ਮੇਰੇ ਤੁਸੀਂ ਕਰ ਲਓ ਫਿੱਟ ਕਹਾਣੀ ਜੀ ਨਾਲ ਮੇਰੇ ਤੁਸੀਂ ਕਰ ਲਓ ਫਿੱਟ ਕਹਾਣੀ ਜੀ ਇਹ ਪੰਜਾਬੀ ਰਹੇ ਸ਼ਰਾਬੀ ਬਹੁਤ ਖਰਾਬੀ ਕਰਦੇ ਹੈ ਕੀ ਕਿਹਾ ਇਹ ਪੰਜਾਬੀ ਰਹੇ ਸ਼ਰਾਬੀ ਬਹੁਤ ਖਰਾਬੀ ਕਰਦੇ ਹੈ ਬਾਕੀ ਸਾਰੀ ਕਮੀਆਂ ਜਿਹੜੀਆਂ ਹੈ ਉਹ ਉਸ ਦੇ ਥੱਲੇ ਆ ਕੇ ਚੁੱਪ ਜਾਂਦੀਆਂ ਨੇ ਪਰ ਤਾਰਾਵੀਰਾ ਦਾ ਐਕਚੁਅਲੀ ਦੇ ਵਿੱਚ ਵੈਸੇ ਕਾ ਸੇਮ ਹੋਵੇ ਜਾਂ ਐਡ ਹੋਵੇ ਲਵ ਸਟੋਰੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਂਦੀ ਹੈ ਰਿਮੈਂਬਰ ਬੇਗ ਬਰਾਤਾਂ ਚੱਲੀਆਂ ਦੇ ਵਿੱਚ ਪੰਜਾਬੀ ਮੁੰਡਾ ਤੇ ਫਿਰ ਹਰਿਆਣਵੀ ਸਾਡੀ ਛੋੜੀ ਸੀਗੀ ਐਗਜੈਕਟਲੀ ਇਸ ਵਾਰ ਵੀ ਤੁਹਾਨੂੰ ਲਵ ਸਟੋਰੀ ਵੇਖਣ ਨੂੰ ਹੀ ਮਿਲੀ ਹੈ ਦੋ ਡਿਫਰੈਂਟ ਸਟੇਟਸ ਦੀਆਂ ਲੇਕਿਨ ਇਹ ਬੇਗ ਬਰਾਤਾਂ ਚੱਲੀਆਂ ਤੋਂ ਬਹੁਤ ਬਹੁਤ ਡਿਫਰੈਂਟ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਨਾ ਤਾਂ ਲਾਫਟਰ ਹੈ ਨਾ ਹੀ ਗੁੱਡ ਪਰਫਾਰਮੈਂਸਸ ਕਾਫੀ ਕੁਛ ਦੇਖਣ ਨੂੰ ਮਿਲੇਗਾ ਪਰ ਸੱਚੀ ਮੈਂ ਕਸਮ ਖਾ ਕੇ ਦੱਸਾਂ ਇੰਨਾ ਮਾੜਾ ਕੈਮਰਾ ਵਰਕ ਤਾਂ ਹੁਣ ਮੇਰਾ ਵੀ ਨਹੀਂ ਹੁੰਦਾ ਜੇ ਜੇ ਖੁਦਾ ਨਾ ਖਾਸਤਾ ਮਾੜਾ ਕੈਮਰਾ ਵਰਕ ਹੋ ਵੀ ਗਿਆ ਤੇ ਐਡੀਟਿੰਗ ਦੇ ਵਿੱਚ ਉਸਨੂੰ ਸੌਰਟ ਕੀਤਾ ਜਾਂਦਾ ਹੈ ਪਰ ਇੱਥੇ ਤਾਂ ਮਤਲਬ ਪ੍ਰੋਡਕਸ਼ਨ ਲਿਸਟ ਦੇ ਵਿੱਚ ਰਾਸ਼ਿਦ ਦਾ ਨਾਮ ਵੀ ਨਜ਼ਰ ਆਇਆ ਪਰ ਪਤਾ ਨਹੀਂ ਫਿਲਮ ਦੇ ਵਿੱਚ ਉਹਨਾਂ ਦਾ ਕੰਮ ਕਿਉਂ ਨਹੀਂ ਨਜ਼ਰ ਆਇਆ ਇੱਕ ਸੀਨ ਹੁੰਦਾ ਹੈ ਜਿੱਥੇ ਯੋਗਰਾਜ ਸਿੰਘ ਨੂੰ ਫ੍ਰੈਕਚਰ ਹੋ ਜਾਂਦਾ ਹੈ ਯਾਨੀ ਕਿ ਉਹਨਾਂ ਦੇ ਉੱਤੇ ਪਲਾਸਟਰ ਲੱਗਣਾ ਚਾਹੀਦਾ ਸੀ ਲੇਕਿਨ ਉਹ ਗਰਮ ਪੱਟੀ ਬੰਨ ਕੇ ਉੱਥੇ ਬੈਠੇ ਹੋਏ ਨੇ ਮੁੰਡਾ ਮੁੰਡੇ ਦਾ ਫਾਦਰ ਔਰ ਕੁਛ ਲੋਕ ਕੁੜੀ ਵਾਲਿਆਂ ਦੇ ਘਰ ਜਾਂਦੇ ਨੇ ਸਿਰਫ ਰਿਸ਼ਤਾ ਔਰ ਰਿਸ਼ਤੇ ਦੀ ਗੱਲਬਾਤ ਕਰਨ ਲਈ ਲੇਕਿਨ ਫ੍ਰੈਕਚਰ ਹੋ ਜਾਂਦਾ ਉੱਥੇ ਰੁਕ ਜਾਂਦੇ ਨੇ ਔਰ ਤੁਸੀਂ ਬਰੀਫ ਨਹੀਂ ਕਰੋਗੇ ਕਿ ਉਹਨਾਂ ਦੇ ਘਰ ਜਾ ਕੇ ਉਹ ਚੇਂਜ ਓਵਰ ਕਰਦੇ ਨੇ ਪਹਿਲਾਂ ਇੱਕ ਡਰੈਸ ਨਾਈਟ ਸੂਟ ਆਉਂਦਾ ਫਿਰ ਉਹ ਕੱਟ ਤੋਂ ਅੰਦਰ ਜਾਂਦੇ ਹੈ ਦੂਸਰੀ ਡਰੈਸ ਚੇਂਜ ਹੁੰਦੀ ਹੈ ਮਤਲਬ ਪੱਗ ਕਲਰ ਚੇਂਜ ਹੁੰਦੀ ਹੈ ਉਹ ਸਾਰਾ ਕੁ ਬਾਸਕਟ ਚੇਂਜ ਹੁੰਦਾ ਕੱਟੂ ਫਿਰ ਅਗਲੇ ਦਿਨ ਦੇ ਕੱਪੜੇ ਦਿਖਾਏ ਜਾਂਦੇ ਹੈ ਕੱਟੂ ਫਿਰ ਅਗਲੇ ਦਿਨ ਦੇ ਕੱਪੜੇ ਦਿਖਾਏ ਜਾਂਦੇ ਕਿਉਂਕਿ ਆਈ ਥਿੰਕ ਤੁਸੀਂ ਆਡੀਅੰਸ ਤੋਂ ਕਾਫੀ ਜ਼ਿਆਦਾ ਲਾਈਕਲੀ ਲੈ ਲਿਆ ਮਤਲਬ ਇੰਟਰਨੈਟ ਤਾਂ ਸਾਡੇ ਵੀ ਚੱਲਦਾ ਆ ਕਾਫੀ ਜ਼ਿਆਦਾ ਚੀਜ਼ਾਂ ਅਸੀਂ ਸਟ੍ਰੀਮਿੰਗ ਕਰਦੇ ਹਾਂ ਦੇਖੋ ਗੱਲਾਂ ਤਾਂ ਮੇਰੇ ਕੋਲ ਬਹੁਤ ਨੇ ਫਰੇਮ ਟੂ ਫਰੇਮ ਕਾਫੀ ਸਾਰੀ ਪ੍ਰੋਬਲਮਸ ਨੇ ਬਟ ਛੋਟਾ ਮੂੰਹ ਤੇ ਵੱਡੀ ਗੱਲ ਜਾਏ ਹਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜ਼ਰੂਰ ਇਗਨੋਰ ਕਰ ਸਕਦੇ ਹੋ ਪਰ ਪਲੀਜ਼ ਇਹਨਾਂ ਗੱਲਾਂ ਨੂੰ ਨੈਕਸਟ ਟਾਈਮ ਤੋਂ ਆਪਣੀ ਫਿਲਮ ਦੇ ਵਿੱਚ ਬਿਲਕੁਲ ਇਗਨੋਰ ਨਾ ਕਰਨਾ ਤੁਹਾਡੀ ਰੈਪੂਟੇਸ਼ਨ ਦਾ ਸਵਾਲ ਹੈ ਸੋ ਡਾਇਰੈਕਸ਼ਨ ਪੱਖੋਂ ਆਈ ਐਮ ਵੈਰੀ ਡਿਸਅਪੋਇੰਟਡ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਕਦ ਤੱਕ ਤੁਸੀਂ ਉਸ ਤੋਂ
ਕਰਨਾ ਚਾਹੁੰਦੇ ਹੋ ਔਰ ਫਿਰ ਥੱਕ ਹਾਰ ਕੇ ਤੁਸੀਂ ਥੂ ਕਰ ਦਿੰਦੇ ਹੋ ਤੇ ਫਿਰ ਉੱਥੇ ਗੱਲ ਖਤਮ ਜੁਆਇੰਟ ਹੁੰਦੀ। ਸਿਮਿਲਰਲੀ ਇਸ ਤਰ੍ਹਾਂ ਇਸ ਫਿਲਮ ਦੇ ਨਾਲ ਹੋਇਆ, ਪਹਿਲੇ 5-7 ਮਿੰਟ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਂਦਾ ਹੈ, ਵੈਸੇ ਹੀ ਟ੍ਰੇਲਰ ਦੇ ਵਿੱਚ ਕਾਫੀ ਕੁਝ ਕਲੀਅਰ ਕਰ ਦਿੱਤਾ ਜਾਂਦਾ ਹੈ, ਲੇਕਿਨ ਉਸਨਾਂ ਪ੍ਰੋਬਲਮਸ ਨੂੰ ਉਹਨਾਂ ਚੀਜ਼ਾਂ ਨੂੰ ਇੰਨਾ ਜ਼ਿਆਦਾ ਸਟ੍ਰੈਚ ਕੀਤਾ ਗਿਆ, ਇੰਨਾ ਜ਼ਿਆਦਾ ਸਟ੍ਰੈਚ ਕੀਤਾ ਗਿਆ ਕਿ ਸਟ੍ਰੈਚ ਮਾਰਕ ਵੀ ਇੰਨੇ ਸਟ੍ਰੈਚ ਨਹੀਂ ਹੋਣੇ ਜਿੰਨੇ ਆਏ ਫਸਟ ਹਾਫ ਤੇ ਸੈਕਿੰਡ ਹਾਫ ਸੇ ਦਾ। ਕੁਛ ਕਰੋ ਯਾਰ, ਮਤਲਬ ਉਮੀਦ ਨਹੀਂ ਸੀ ਮੈਨੂੰ ਇਸ ਚੀਜ਼ ਦੀ। ਰਿਮੈਂਬਰ ਜਿਹੜਾ ਭਾਈ ਉਹਨਾਂ ਦੇ ਘਰੇ ਕੰਮ ਕਰਦਾ ਹੈ ਅਸ਼ੋਕ ਜੀ, ਹੀ ਇਜ਼ ਅ ਬ੍ਰਿਲੀਅੰਟ ਐਕਟਰ, ਪਰ ਮੈਨੂੰ ਸਮਝ ਨਹੀਂ ਆਇਆ ਕਿ ਫਸਟ ਹਾਫ ਦੇ ਵਿੱਚ ਉਹ ਫਸਟ ਹਾਫ ਵਾਂਗ ਹੀ ਕੁਝ ਕੁਝ ਜਗ੍ਹਾ ਦੇਖੀ ਔਰ ਸੈਕਿੰਡ ਹਾਫ ਦੇ ਐਂਡ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਾ ਉਹ ਕਦੋਂ ਆਏ ਤੇ ਕਦੋਂ ਚਲੇ ਗਏ। ਲੱਗ ਰਿਹਾ ਹੈ ਕਿ ਜੈਸੇ ਸਾਰਾ ਪੰਜਾਬ ਆਪਣਾ, ਯਾਨੀ ਕਿ ਵਧੀਆ ਵਧੀਆ ਫੇਸਿਸ ਨੂੰ ਵੀ, ਔਰ ਹਾਲਾਂਕਿ ਭਈਆਂ ਦੀ ਫਿਲਮ ਸੀਗੀ ਤਾਂ ਉਹਨਾਂ ਨੂੰ ਬਹੁਤ ਘੱਟ ਸਪੇਸ ਦਿੱਤਾ ਗਿਆ, ਜਦਕਿ ਉਹ ਪਰਫੈਕਟ ਕੈਰੇਕਟਰ ਸੀਗਾ ਜਿਸ ਨੂੰ ਅਸੀਂ ਇਸ ਫਿਲਮ ਦੇ ਵਿੱਚ ਹਾਈਲਾਈਟ ਕਰ ਸਕਦੇ ਸੀ। ਅਸੀਂ ਪਤਾ ਨਹੀਂ ਕਿਉਂ ਬੋਲ ਦਿੱਤਾ, ਮੈਨੂੰ ਆਪਣੀ ਫਿਲਮ ਲੱਗ ਰਹੀ ਸੀ। ਆਈ ਫੀਲ ਬੈਡ ਅਬਾਊਟ ਦਿਸ ਫਿਲਮ, ਉਮੀਦ ਨਹੀਂ ਸੀ ਮੈਨੂੰ। ਸਭ ਤੋਂ ਮਾੜੀ ਗੱਲ ਦੱਸੋ ਜੋ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ, ਅਨਬੀਅਰੇਬਲ ਸੀ, ਉਹ ਸੀਗਾ ਫਿਲਮ ਦਾ ਲੋਕੇਸ਼ਨ ਤੇ ਫਿਲਮ ਦੇ ਕੈਰੇਕਟਰ ਦੀ ਬੋਲੀ। ਜਿੰਨੇ ਵੀ ਕੈਰੇਕਟਰਸ ਆ ਉਹ ਸਾਰੇ ਕੈਰੇਕਟਰਸ ਠੇਠ ਮਾਝੇ ਦੀ ਬੋਲੀ ਬੋਲਦੇ ਤੇ, ਯਾਨੀ ਕਿ ਲੁਧਿਆਣੇ ਦੇ ਵਿੱਚ ਜੋ ਕਿ ਮਾਲਵਾ ਬੈਲਟ ਆ ਉਸਦੇ ਵਿੱਚ ਉਹ ਮਚੈਲੀ ਦੀ ਬੋਲੀ ਬੋਲਦੇ ਨੇ, ਐਂਡ ਤੁਸੀਂ ਅਗਰ ਇਹ ਐਕਸਕਿਊਜ਼ ਦਿੰਦੇ ਹੋ ਕਿ ਉੱਥੇ ਦੇ ਲੋਕ ਕਿੱਥੇ ਜਾ ਕੇ ਰਹਿੰਦੇ ਆ, ਤਾਂ ਫਿਰ ਮੈਨੂੰ ਲੱਗਦਾ ਕਿ ਸਾਨੂੰ ਫਿਲਮ ਤੋਂ ਕੁਛ ਐਕਸਪੈਕਟ ਨਹੀਂ ਕਰਨਾ ਚਾਹੀਦਾ, ਜੋ ਵੀ ਸਾਨੂੰ ਮਿਲ ਰਿਹਾ ਖਾ ਲੈਣਾ ਚਾਹੀਦਾ ਆ। ਅਸੀਂ ਐਕਸਟਰਾ ਖਾਈ ਜਾਵਾਂਗੇ ਨਾ ਜੰਕ ਫੂਡ ਤਾਂ ਸਿਸਟਮ ਖਰਾਬ ਹੋ ਜਾਏਗਾ। ਲੀਡ ਐਕਟਰਸ ਦੀ ਐਂਟਰੀ ਇੰਨੀ ਕੁ ਜ਼ਿਆਦਾ ਫੋਕੀ ਸੀ ਕਿ ਮੈਨੂੰ ਜਮਾ ਸਵਾਦ ਨਹੀਂ ਆਇਆ। ਯੂਜੁਅਲੀ ਮੈਨੂੰ ਗੁੱਸਾ ਆਉਂਦਾ ਜਦੋਂ ਮੈਂ ਫਿਲਮਾਂ ਵੇਖਦੀ ਸੀ, ਪੁਰਾਣੇ ਵੀਡੀਓਜ਼ ਦੇਖੋਗੀ ਨਾ ਮੈਂ ਬਰਨ ਆਊਟ ਹੋ ਜਾਂਦੀ ਹਾਂ, ਪਰ ਇਸ ਵਾਰੀ ਮੈਨੂੰ ਬਰਨ ਆਊਟ ਦੀ ਬਜਾਏ ਮੇਰੇ ਦਿਲ ਤੇ ਵੱਜੀ ਆ ਦੁਖੇ ਹੋ ਮਾਰਦਾ। ਉੱਚੀ ਬੋਲਣ ਦੇ ਨਾਲ ਲਾਫਟਰ ਕ੍ਰੀਏਟ ਨਹੀਂ ਹੁੰਦਾ, ਜਾਂ ਫਿਰ ਕੁਛ ਨਾ ਸਮਝ ਆਏ ਤਾਂ ਤੁਸੀਂ ਸ਼ਕਲ ਬਣਾ ਕੇ ਰੋਣ ਲੱਗ ਪੋ। ਨਹੀਂ ਯਾਰ, ਬੋਰ ਓਵਰ, ਕਿੰਨੀ ਵਧੀਆ ਫਿਲਮ ਬਣਾਈ ਸੀ ਲਾਫਟਰ। ਪੰਜਾਬੀ ਫਿਲਮ ਦੇ ਵਿੱਚ ਇਸ ਫਿਲਮ ਤਾਰਾ ਪੀਰਾ ਦੇ ਰਾਹੀਂ ਪਰ ਛੋਟੀ ਜਿਹੀ ਮਿਸਟੇਕ ਇਹ ਆ ਕਿ ਜਦੋਂ ਉਹਦੇ ਕ੍ਰੈਡਿਟਸ ਆਉਂਦੇ ਨੇ ਤਾਂ ਉਹਨਾਂ ਨੂੰ ਇੰਟਰਡਿਊਸ ਹੀ ਨਹੀਂ ਕੀਤਾ ਜਾਂਦਾ, ਸਿਰਫ ਲਿਖਿਆ ਹੁੰਦਾ ਰੁਚੀ ਖਾਵਾ ਐਂਡ ਨਾਜ਼ੀਆ ਹੁਸੈਨ। ਛੁੱਟੀ ਕਲੈਕਸ਼ਨ ਨਾ ਪੜਾ, ਬਿਕਾਜ਼ ਇਹ ਵਧੀਆ ਟੀਮ ਆ, ਸੋ ਮੈਂ ਪੰਜਾਬੀ ਜੱਟ ਕਲਾੜੀ ਪੱਟ ਮੁੱਛਾਂ ਨੂੰ ਵੱਟ ਉਹ ਪਈਆ ਰਾਣੀ ਜੀ, ਨਾਲ ਮੇਰੇ ਤੁਸੀਂ ਕਰ ਲੋ ਫਿੱਟ ਕਹਾਣੀ ਜੀ, ਨਾਲ ਮੇਰੇ ਤੁਸੀਂ ਕਰ ਲੋ ਫਿੱਟ ਕਹਾਣੀ ਜੀ। ਪੰਜਾਬੀ ਰਹੇ ਚਰਾਬੀ ਬਹੁਤ ਖਰਾਬੀ ਕਰਦੇ ਹੈ ਤਬੀ ਤੋਂ।